गर्मी का कहर दिनों दिन वध रहा है। तापमान जिथे वाधा हो रहा उत्थे ही सब्जियां ते फसलां नूं भी काफ़ी नुकसान होने दीआं खबरां सामने आ रही ने। गल जेकर पठानकोट की कीती जाए तो 45 डिग्री नूं पार इत्थे तापमान कर गया है, जिसका सीधा असर फसलों पर पिया। पठानकोट च 400 एकड़ तो वध रकबे च बीजी मां दी दाल दी फसल ज़्यादा तापमान कारण खराब हो गई है। अधिकारियों का भी मनना है कि तापमान ज़्यादा होने कारण किसानों नूं नुकसान होया है। हुण किसान उच्च तापमान कारण खराब हुई फसल का मुआवजा चाहते हैं। किसानों का कहना है कि उन्होंने घाटा पिया जिसकी पूर्ति सरकार नूं करनी चाहिए है। मेरा नाम नवीन शर्मा जी, पिंड भोआ जी, डिस्ट्रिक्ट पठानकोट है जी। तो आप एक एकड़ के करीब जे सठे माह जो गर्मी रुत्त के माह जी वो बीजे जी, नुकसान नुकसान ही नुकसान है जी, फायदा कुछ नहीं दस सकते आप, क्योंकि इन्हों फल नहीं पिया जी। किन्ने एकड़ दे विच आपां किसान आपां बीजे सी ते साडे पिंड दे विच लगभग 10 एकड़ के करीब जिहड़े हैगे सी। खराब होने का कारण है जी, जिहड़ा मौसम की जिहड़ी तब्दीली है, अचानक गर्मी च मौसम नूं आ जाना, ये इसे का ही ज़्यादा प्रभाव है। और दूसरा जिहड़ा कणक ते भी इफेक्ट इसे तरह का होया, तो ये मावां की दाल ते भी इसे तरह का इफेक्ट जिहड़ा देखण नूं मिलिया जी। मंग यही करने भी जिस तरह बाकी फसलों का मुआवजा दिता जाता, जिहड़े किसानों ने दालां लगे है फसली चक्कर नूं अपनाया, तो उन्होंने भी थोड़ी रिलीफ दी जाए, कुछ ना कुछ तो उन्होंने सोचा जाए, ता कि किसान अगे तो भी फिर दालां जिहड़ी आ बिजाई कर सके। इस तरह मनोबल उहदा डिगेगा तो अगे तो बिजाई नहीं करेगा, फिर दालां सानूं बाहरों मंगवाउणियां पैणगियां, तो जिहड़ा साडा उह सरकार दा जिहड़ा खर्चा भी वधदा, दालां महंगाई भी जिहड़ी आ ज़्यादा होंदी है। तो आपां यही गवर्नमेंट नूं कहांगे कि जिन्हां ने गुरदौरी करवा के जिन्हां ने फसलां बीजीआं ने दालां दीआं, उन्होंने कोई रिलीफ थोड़ी बहुती दित्ती जावे जी। ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇਸ ਵਾਰ ਤਕਰੀਬਨ 400 ਏਕੜ ਰਕਬੇ ਦੇ ਵਿੱਚ ਗਰਮੀ ਰੁੱਤ ਦੇ ਮਾਂ ਜਿਹੜੀ ਕਾਸ਼ਤ ਕੀਤੀ ਗਈ ਸੀ, ਕਿਉਂਕਿ ਇਸ ਜਿਹੜਾ ਸਾਡਾ ਇਹ ਇਲਾਕਾ ਵਾ ਗਰਮੀ ਰੁੱਤ ਦੇ ਮਾਵਾਂ ਦੇ ਵਾਸਤੇ ਬਹੁਤ ਹੋਦੀ ਮਕਬੂਜ ਹੈ। ਬਟ ਅੱਜ ਇਹ ਕਿ ਇਸ ਵਾਰ ਕੀ ਹੋਇਆ ਕਿ ਟੈਂਪਰੇਚਰ ਇੰਨਾ ਵੱਧ ਗਿਆ, ਗਰਮੀ ਵਧਣ ਦੇ ਨਾਲ ਜਿਹੜਾ ਵਾ ਸਾਡੀ ਜਿਹੜੀ ਆ, ਪਹਿਲਾਂ ਤਾਂ ਸਾਡੀ ਕਣਕ ਦੀ ਫਸਲ ਦਾ ਜਿਹੜਾ ਝਾੜ ਜਿਹੜਾ ਵਾ ਕਾਫੀ ਘਟਿਆ, ਉਸ ਤੋਂ ਬਾਅਦ ਸਾਡੀ ਜਿਹੜੀ ਆ ਇਹ ਮਾਂ ਦੀ ਫਸਲ ਜਿਹੜੀ ਆ ਜ਼ਿਮੀਂਦਾਰਾਂ ਨੇ ਲਾਈ ਸੀ, ਇਹਦੇ ਵਿੱਚ ਵੀ ਜ਼ਿਮੀਂਦਾਰਾਂ ਨੂੰ ਜਿਹੜੀ ਤੁਹਾਡੀ ਫਲੀ ਆ ਉਹ ਬਣੀ ਨਹੀਂ, ਜਾਂ ਜਿਹੜੇ ਫੁੱਲ ਬਣੇ ਸੀ ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਏ, ਅਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਤੁਹਾਡੀ ਝਾੜ ਜਿਹੜਾ ਕਾਫੀ ਜਿਹੜਾ ਵਾ ਘੱਟ ਨਿਕਲਣ ਦੀ ਸੰਭਾਵਨਾ ਵਾ, ਕਈ ਫਾਰਮਰ ਤਾਂ ਵਾਹ ਵੀ ਵਿੱਚ ਜਿਹੜੇ ਆ ਵੀ ਕਿ ਖਰਾਬ ਹੋ ਗਿਆ। ਸੋ ਇਹ ਜੇਕਰ ਹੁਣ ਦੇਖੀਏ ਤਾਂ ਅੱਜ ਜਿਸ ਖੇਤ ਵਿੱਚ ਆਪਾਂ ਖੜ੍ਹੇ ਹਾਂ ਇਹਦੇ ਵਿੱਚ ਜਿਹੜੇ ਪਹਿਲਾਂ ਫਲੀਆਂ ਬਣੀਆਂ ਸੀ ਉਹ ਪੱਕ ਗਈਆਂ ਨੇ, ਪਰ ਨਵੀਆਂ ਜਿਹੜੇ ਫਲਾਵਰਿੰਗ ਹੋ ਕੇ ਨਵੀਆਂ ਫਲੀਆਂ ਬਣ ਰਹੀਆਂ ਨੇ। ਤਾਂ ਜੇ ਹੁਣ ਬਰਸਾਤ 10 ਦਿਨ ਤੱਕ ਹੋਈ ਦੀ ਹੈ ਤਾਂ ਜੇ ਵੱਢੇ ਨਹੀਂ ਗਏ ਤਾਂ ਇਹਦਾ ਮਤਲਬ ਕਿ ਉਹ ਜਿਹੜੀ ਤੁਹਾਡੀ ਪੱਕੀਆਂ ਫਲੀਆਂ ਨੇ ਉਹ ਖਰਾਬ ਹੋਣਗੀਆਂ ਅਤੇ ਜਿਹੜੀਆਂ ਕੱਚੀਆਂ ਨੇ ਉਹ ਕਾਪਣੀ ਹੋਣੀਆਂ। ਸੋ ਇਹ ਟੈਂਪਰੇਚਰ ਕਰਕੇ ਜਿਹੜਾ ਵਾ ਇਹ ਸਾਰਾ ਕੁਝ ਹੋ ਰਿਹਾ ਵਾ, ਜਿਵੇਂ ਜਿਵੇਂ ਸਾਡਾ ਮੌਸਮੀ ਤਬਦੀਲੀਆਂ ਆ ਰਹੀਆਂ ਨੇ ਸਾਡੀਆਂ ਫਸਲਾਂ ਉੱਤੇ ਜਿਹੜਾ ਵਾ ਉਹ ਅਸਰ ਪੈ ਰਿਹਾ ਵਾ। ਸੋ ਜ਼ਿਮੀਂਦਾਰ ਭਰਾਵਾਂ ਨੂੰ ਮੇਰੀ ਬੇਨਤੀ ਇਹੀ ਹੈ ਕਿ ਆਪਣਾ ਜਿਹੜਾ ਵਾ ਜਿੰਨਾ ਵੀ ਆਪਾਂ ਜਿਹੜਾ ਟੈ ਹੁਣ ਜਿਹੜੀ ਆਪਾਂ ਫਸਲ ਬੀਜਣੀ ਆ ਜਾਂ ਮਤਲਬ ਕਿ ਕਮਾਦ ਹੈਗਾ ਵਾ, ਕਮਾਦ ਨੂੰ ਵੀ ਟਾਈਮ ਸਿਰ ਜਿਹੜਾ ਵਾ ਉਹ ਪਾਣੀ ਦਾ ਜਿਹੜਾ ਵਾ ਉਹ ਲਾ ਕੇ ਜਿਹੜਾ ਵਾ ਉਹਨੂੰ ਬਚਾ ਕੇ ਰੱਖੀਏ, ਤਾਂ ਕਿ ਜਿਹੜਾ ਉਹਦੇ 'ਤੇ ਵੀ ਕੋਈ ਪ੍ਰਭਾਵ ਨਾ ਪਵੇ। ਅਤੇ ਇਹਦੇ 'ਤੇ ਜਿਹੜਾ ਵਾ ਜਿਹੜੀ ਮਾਵਾਂ ਦੀ ਆ ਇਹ ਹੁਣ ਇਹਦਾ ਜਿਹੜੀ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਜਿਹੜੀ ਆ ਉਹ ਭੇਜੀ ਜਾ ਰਹੀ ਆ, ਆਪਣੇ ਬਿਜਲੀ ਜੋ ਵੀ ਇੱਥੇ ਨੁਕਸਾਨ ਹੋਇਆ ਉਹਦੇ ਬਾਰੇ ਆਪਾਂ ਭੇਜਾਂਗੇ ਸਰਕਾਰ ਨੂੰ, ਭੇਜ ਦਿੱਤੀ ਜਾਵੇਗੀ। ਪਠਾਨਕੋਟ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।